ਪਿੰਡ ਫੱਤਾ ਮਾਲੂਕਾ ਵਿਖੇ ਸਰਪੰਚ ਐਡਵੋਕੇਟ ਗੁਰਸੇਵ ਸਿੰਘ ਦੀ ਅਗਵਾਈ ਦੇ ਹੇਠ ਬਾਸਕਟਬਾਲ ਚੈਂਪੀਅਨਸ਼ਿਪ ਦੇ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਅੰਡਰ 19 ਦੀ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਸਰਪੰਚ ਐਡਵੋਕੇਟ ਗੁਰਸੇਵ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਟੂਰਨਾਮੈਂਟ ਵਿੱਚ ਲੜਕੇ ਤੇ ਲੜਕੀ ਦੀਆਂ ਬਾਸਕਟਬਾਲ ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ ਫਾਈਨਲ ਮੈਚ ਵਿੱਚ ਪੀਕੀ ਦੀ ਟੀਮ ਜੇਤੂ ਅਤੇ ਲੜਕਿਆਂ ਦੇ ਵਿੱਚ ਸਰੂਗੜ੍ਹ ਬਾਸਕਟਬਾਲ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਇਨਾਮ ਸਰਪੰਚ ਐਡਵੋਕੇਟ ਗੁਰਸੇਵ ਸਿੰਘ ਨੇ ਵੰਡੇ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਜੀ ਅੱਜ ਅਸੀਂ ਸਾਡੇ ਪਿੰਡ ਫੱਤਾ ਮਾਲੂਕਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਅੰਡਰ 19 ਬਾਸਕਟਬਾਲ ਦੀ ਜਿਹੜੀ ਐਸੋਸੀਏਸ਼ਨ ਹੋ ਰਹੀ ਹੈ, ਚੈਂਪੀਅਨਸ਼ਿਪ ਹੋ ਰਹੀ ਹੈ, ਉਸ ਸੰਬੰਧੀ ਬੱਚਿਆਂ ਅਤੇ ਬੱਚੀਆਂ ਦੇ ਮੈਚ ਸੀ। ਕੁੱਲ 8 ਟੀਮਾਂ ਨੇ ਇੱਥੇ ਪਾਰਟੀਸਪੇਟ ਕੀਤਾ ਹੈ ਔਰ ਜਿਹੜੀ ਇਹਨਾਂ ਦੀ 2 ਅਤੇ 3 ਨੂੰ ਚੈਂਪੀਅਨਸ਼ਿਪ ਹੈ ਗਿੱਦੜਵਾ ਵਿਖੇ, ਉਸ ਸੰਬੰਧੀ ਅੱਜ ਤਿਆਰੀ ਸੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਕੈਪਟਨ ਗੁਲਜ਼ਾਰ ਸਿੰਘ ਜੀ ਦਾ, ਜਿਨ੍ਹਾਂ ਨੇ ਮੇਰਾ ਮੰਨਣਾ ਹੈ, ਦੇਖੋ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਬਾਸਕਟਬਾਲ ਚੱਲ ਰਹੀ ਹੈ ਤਾਂ ਇਹ ਦੇਣ ਹੈ ਕੈਪਟਨ ਗੁਲਜ਼ਾਰ ਸਿੰਘ ਜੀ ਦੀ। ਇਹੋ ਜਿਹੇ ਮਹਾਨ ਇਨਸਾਨ, ਸਾਨੂੰ ਬੜੀ ਸੇਧ ਮਿਲਦੀ ਹੈ ਇਹਨਾਂ ਤੋਂ। ਖਾਸ ਕਰਕੇ ਮੈਂ ਖੁਦ ਬਹੁਤ ਮੋਟੀਵੇਟ ਹੁੰਦਾ ਜਦੋਂ ਵੀ ਆਉਂਦੇ ਨੇ। ਦੇਖੋ ਸਾਡੇ ਲਈ ਜਿਹੜਾ ਬਾਸਕਟਬਾਲ ਦੇ ਕੋਚ ਦਾ ਵੀ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ, ਉਹ ਵੱਖਰਾ ਇਸ਼ੂ ਹੈ। ਚਲੋ ਅਸੀਂ ਸਾਰੀ ਪੰਚਾਇਤ ਉਹਨੂੰ ਪਰ ਮੰਥ ਆਪਦੀ ਜੇਬ 'ਚੋਂ ਕੋਚ ਨੂੰ ਦਿੰਦੇ ਹਾਂ, ਪਰ ਚੰਗਾ ਕੋਚ ਵੀ ਮਿਲਣਾ ਔਰ ਸਤਿਗੁਰਗੜ੍ਹ ਤੋਂ ਆਉਣਾ, ਮੈਂ ਕਹਿੰਦਾ ਇੱਕ ਨਾਮ ਮਾਤਰ ਹੀ ਉਹਨੇ 5500 ਰੁਪਏ ਕੋਈ ਜ਼ਿਆਦਾ ਨਹੀਂ ਹੈ, ਕਿਉਂਕਿ ਸਤਿਗੁਰਗੜ੍ਹ ਤੋਂ ਸੁਬਹ ਸ਼ਾਮ ਆ ਕੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣੀ। ਬੜੀ ਬਹੁਤ ਵਧੀਆ ਇਹਨਾਂ ਨੇ, ਬਹੁਤ ਵਧੀਆ ਇਨਸਾਨ ਨੇ ਸਭ ਤੋਂ ਪਹਿਲਾਂ ਤਾਂ, ਔਰ ਬਾਸਕਟਬਾਲ ਦੀ ਜਿਹੜੀ ਹੈਗੀ ਹੈ, ਬਾਬਾ ਬੋਰਡ ਕਹੇ ਜਾ ਸਕਦੇ ਨੇ ਬਾਸਕਟਬਾਲ ਦੇ। ਠੀਕ ਹੈ। ਹਾਂਜੀ, ਅੱਜ ਪਿੰਡ ਫੱਤਾ ਮਾਲੂਕਾ ਦੇ ਗਰਾਊਂਡ ਵਿੱਚ ਕਾਹਦੇ ਮੁਕਾਬਲੇ ਕਰਵਾਏ ਗਏ ਸੀ, ਕਿਹੜੀਆਂ ਖੇਡਾਂ ਦੇ? ਅੱਜ ਫੱਤਾ ਮਾਲੂਕਾ ਪਿੰਡ, ਸਾਡੇ ਪਿੰਡ 'ਚ ਨਗਰ ਦੇ ਵੱਲੋਂ ਬਾਸਕਟਬਾਲ ਦੇ ਮੈਚ ਕਰਵਾਏ ਗਏ ਨੇ, ਜਿਹਦੇ ਵਿੱਚ ਜ਼ਿਲ੍ਹੇ ਦੀਆਂ ਨਾਮਵਰ ਟੀਮਾਂ ਨੇ, ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਬਹੁਤ ਹੀ ਵਧੀਆ ਮੈਚ ਦੇਖਣ ਨੂੰ ਮਿਲੇ ਅਤੇ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਨੇ, ਐਡੀਆਂ ਵਧੀਆ ਬੱਚੀਆਂ ਸਾਡੇ ਪਿੰਡ ਦੀਆਂ ਖੇਡ ਰਹੀਆਂ। ਸੋ ਬਹੁਤ ਬਹੁਤ ਧੰਨਵਾਦ ਅਤੇ ਗ੍ਰਾਮ ਪੰਚਾਇਤ ਫੱਤਾ ਮਾਲੂਕਾ ਦਾ ਸਪੈਸ਼ਲ ਤੌਰ 'ਤੇ ਧੰਨਵਾਦ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਐਡਾ ਵਧੀਆ ਮਾਹੌਲ ਸਿਰਜ ਕੇ ਦਿੱਤਾ, ਗਰਾਊਂਡ ਦਿੱਤੇ ਨੇ, ਫੁੱਟਬਾਲਾਂ ਬਾਲਾਂ ਜਿੰਨੀਆਂ ਜਿਹੜੀ ਵੀ ਲੋੜ ਹੁੰਦੀਆਂ ਨੇ ਬੱਚਿਆਂ ਨੂੰ ਮਿਲਦੀਆਂ ਨੇ। 2021 ਨੂੰ 19 ਸਾਲ ਤੋਂ ਘੱਟ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੈਚ ਜੋ ਜਿਹੜਾ ਮਾਨਸਾ ਦੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਅੱਜ ਪਿੰਡ ਫੱਤਾ ਮਾਲੂਕਾ ਦਾ ਬਹੁਤ ਹੀ ਸ਼ਾਨਦਾਰ ਗਰਾਊਂਡ ਵਿੱਚ ਕਰਵਾਏ ਗਏ ਅਤੇ ਇੱਥੇ ਜੋ ਸਹਿਯੋਗ ਸਾਨੂੰ ਸਪੈਸ਼ਲੀ ਸਰਪੰਚ ਸਰਦਾਰ ਗੁਰਸੇਵਕ ਸਿੰਘ ਵੱਲੋਂ ਮਿਲਿਆ, ਪੂਰੀ ਇਹਨਾਂ ਦੀ ਕਮੇਟੀ ਵੱਲੋਂ ਮਿਲਿਆ, ਅਤੇ ਬਹੁਤ ਸਾਨੂੰ ਚੰਗਾ ਲੱਗਿਆ ਕਿ ਇੱਕ ਬਹੁਤ ਚੰਗਾ ਮਾਹੌਲ ਹੈ ਅਤੇ ਇਸ ਤਰ੍ਹਾਂ ਦਾ ਮਾਹੌਲ ਸਾਡੇ ਪੂਰੇ ਜ਼ਿਲ੍ਹੇ 'ਚ ਨਹੀਂ ਬਲਕਿ ਪੂਰੇ ਪੰਜਾਬ 'ਚ ਹੋਵੇ ਤਾਂ ਸਾਡੇ ਬੱਚੇ ਇੱਕ ਸਪੋਰਟਸ ਵੱਲ ਲੱਗ ਜਾਣ ਅਤੇ ਨਸ਼ਿਆਂ ਤੋਂ ਬਚ ਜਾਣ ਅਤੇ ਅਸੀਂ ਇੱਕ ਸਪੋਰਟਸ ਦਾ ਕਲਚਰ ਪੈਦਾ ਕਰ ਸਕੀਏ, ਕਿਉਂਕਿ ਜ਼ਰੂਰੀ ਇਹ ਹੈ ਕਿ ਜਿੰਨਾ ਚਿਰ ਅਸੀਂ ਕਲਚਰ ਪੈਦਾ ਨਹੀਂ ਕਰ ਸਕਦੇ ਸਪੋਰਟਸ ਦਾ, ਅਸੀਂ ਕੋਈ ਉਮੀਦ ਨਹੀਂ ਕਰ ਸਕਦੇ ਕਿ ਅਸੀਂ ਨੈਸ਼ਨਲ ਲੈਵਲ 'ਤੇ, ਏਸ਼ੀਆ ਲੈਵਲ 'ਤੇ ਜਾਂ ਅੱਗੇ ਅਸੀਂ ਕੁਛ ਕਰ ਪਾਵਾਂਗੇ, ਕਿਉਂਕਿ ਇਹ ਕਲਚਰ ਹੀ ਸਾਡਾ ਜ਼ਰੂਰੀ ਹੈ। ਇਹਦੇ ਨਾਲ ਹੀ ਸਾਡੀ ਪੜ੍ਹਾਈ ਵੀ ਅੱਗੇ ਵਧੂਗੀ ਅਤੇ ਗੇਮਾਂ ਵੀ ਅੱਗੇ ਵਧਣਗੀਆਂ, ਤੰਦਰੁਸਤ ਪੰਜਾਬ ਹੋਊਗਾ ਔਰ ਜੇ ਤੰਦਰੁਸਤ ਪੰਜਾਬ ਹੈ, ਸਾਡੇ ਬੱਚੇ ਤੰਦਰੁਸਤ ਹਨ ਅਤੇ ਅਸੀਂ ਅੱਗੇ ਤਰੱਕੀ ਕਰਾਂਗੇ। ਠੀਕ ਹੈ ਸਰ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਰੇਖਾ ਹੈ। ਸਾਡੇ ਪਿੰਡ ਫੱਤਾ ਮਾਲੂਕਾ ਵਿੱਚ ਜ਼ਿਲ੍ਹਾ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਏ ਗਏ ਹਨ, ਜਿਹਦੇ ਵਿੱਚ ਸਾਡੇ ਪਿੰਡ ਦੇ ਸਰਪੰਚ ਦਾ ਬਹੁਤ ਸਹਿਯੋਗ ਰਿਹਾ ਹੈ। ਉਹਨਾਂ ਨੇ ਇੱਥੇ ਡਾਇਟ ਵਗੈਰਾ ਦਾ ਸਾਰਾ ਪ੍ਰੋਗਰਾਮ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਸਾਡੇ ਕੋਚ ਜੁਗਨਪ੍ਰੀਤ ਸਰ ਅਤੇ ਸਰਦੂਲਗੜ੍ਹ ਦੇ ਕੈਪਟਨ ਸਰਦਾਰ ਗੁਲਜ਼ਾਰ ਸਿੰਘ, ਉਹਨਾਂ ਦਾ ਵੀ ਸਹਿਯੋਗ ਰਿਹਾ। ਇੱਥੇ ਬਹੁਤ ਸਾਰੇ ਕੁੜੀਆਂ ਅਤੇ ਮੁੰਡਿਆਂ ਨੇ ਟੀਮਾਂ ਨੇ ਭਾਗ ਲਿਆ ਅਤੇ ਬਹੁਤ ਵਧੀਆ ਟੂਰਨਾਮੈਂਟ ਵੀ ਦੇਖਣ ਨੂੰ ਮਿਲੇ ਅਤੇ ਸਾਰਾ ਪ੍ਰਬੰਧ ਵਧੀਆ ਕੀਤਾ ਗਿਆ ਸੀ।